ਪਿਆਰੇ ਬੱਚਿਓ, ਅੱਜ ਆਪਾਂ ਤੁਹਾਡੀ ਜਨਰਲ ਪੰਜਾਬੀ ਦੀ ਪਾਠ ਪੁਸਤਕ 12ਵੀਂ ਸ਼੍ਰੇਣੀ ਦੇ ਵਿੱਚ ਤੁਹਾਡੀ ਜਿਹੜੀ ਕਵਿਤਾ ਹੈ, ਜੋ ਕਿ ਨੰਦ ਲਾਲ ਨੂਰਪੁਰੀ ਜੀ ਦੇ ਦੁਆਰਾ ਰਚਿਤ ਹੈ, ਚੁੰਮ ਚੁੰਮ ਰੱਖੋ, ਇਸ ਦਾ ਅਧਿਐਨ ਕਰਾਂਗੇ। ਤੇ ਆਹ ਜਿਹੜਾ ਤੁਹਾਡਾ ਲੈਕਚਰ ਹੈ, ਮੈਂ ਪ੍ਰਿੰਸੀਪਲ ਸੁਰੇਸ਼ ਕੁਮਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰੂਰ ਸਾਹਿਬ, ਆਪਣੇ ਸਕੂਲ ਦੇ ਬਣੇ ਯੂਟਿਊਬ ਚੈਨਲ GSSS ਬੁਆਏਜ਼ ਸਕੂਲ ਗੁਰੂਰ ਸਾਹਿਬ 'ਤੇ ਅਪਲੋਡ ਕਰਵਾ ਰਿਹਾ ਹਾਂ। ਇਸ ਨੂੰ ਜਿਹੜਾ ਹੈ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਲਾਈਕ ਕਰੋ ਅਤੇ ਆਪਣੇ ਯਾਰਾਂ ਦੋਸਤਾਂ ਨੂੰ ਇਸ ਦੇ ਲਿੰਕ ਭੇਜੋ, ਤਾਂ ਜੋ ਪੰਜਾਬ ਦਾ ਜਿਹੜਾ ਸਮੁੱਚਾ ਵਿਦਿਆਰਥੀ ਵਰਗ ਹੈ ਉਹ ਜਿਹੜਾ ਹੈ ਜਿਹੜਾ ਘਰਾਂ ਦੇ ਵਿੱਚ ਰਹਿ ਕੇ ਔਨਲਾਈਨ ਸਟੱਡੀ ਦਾ ਫਾਇਦਾ ਉਠਾ ਕੇ ਅਤੇ ਆਪਣਾ ਜਿਹੜਾ ਹੈ ਉਹ ਸਿਲੇਬਸ ਪੂਰਾ ਕਰ ਸਕਣ ਅਤੇ ਵੱਧ ਤੋਂ ਵੱਧ ਅੰਕ ਪ੍ਰਾਪਤ ਕਰ ਸਕਣ। ਹੁਣ ਬੇਟਾ ਆਪਾਂ ਜਿਹੜਾ ਮੈਂ ਤੁਹਾਨੂੰ ਦੱਸਣ ਲਾਲ ਜਾ ਰਿਹਾ ਵੀ ਆਪਣੇ ਜਿਹੜੇ ਨੰਦ ਲਾਲ ਨੂਰਪੁਰੀ ਜੀ ਨੇ ਇਹ ਆਪਣੇ ਜਿਹੜਾ ਹੈ ਇਹਨਾਂ ਦੀ ਪ੍ਰਸਿੱਧੀ ਜਿਹੜੀ ਹੈ ਉਹ ਪੰਜਾਬੀ ਸਾਹਿਤ ਦੇ ਵਿੱਚ ਜਿਹੜਾ ਹੈ ਉਹ ਗੀਤਕਾਰ ਦੇ ਤੌਰ 'ਤੇ ਵੱਧ ਹੈ। ਗੀਤਕਾਰ ਦਾ ਮਤਲਬ ਇਹਨਾਂ ਨੇ ਗੀਤ ਲਿਖੇ ਨੇ ਅਤੇ ਇਹਨਾਂ ਦੇ ਲਿਖੇ ਹੋਏ ਗੀਤ ਜਿਹੜੇ ਬੜੇ ਪ੍ਰਸਿੱਧ ਹੋਏ ਨੇ ਅਤੇ ਇੱਕ ਕਵੀ ਦੇ ਤੌਰ 'ਤੇ ਜਿਹੜਾ ਹੈ ਇਹਨਾਂ ਦੀ ਦੇਣ ਜਿਹੜੀ ਹੈ ਉਹ ਪੰਜਾਬੀ ਸਾਹਿਤ ਨੂੰ ਜਿਹੜੀ ਜੋ ਹੈ ਉਹ ਭੁਲਾਈ ਨਹੀਂ ਜਾ ਸਕਦੀ। ਨੰਦ ਲਾਲ ਨੂਰਪੁਰੀ ਜੀ ਦਾ ਜਿਹੜਾ ਪਿੰਡ ਨੂਰਪੁਰ ਜ਼ਿਲ੍ਹਾ ਲਾਇਲਪੁਰ ਜਿਹੜਾ ਕਿ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ ਉੱਥੇ ਇਹਨਾਂ ਦਾ ਜਨਮ ਹੋਇਆ। ਇਹਨਾਂ ਨੇ ਆਪਣਾ ਜਿਹੜਾ ਬਹੁਤਾ ਸਮਾਂ ਜਿਹੜਾ ਹੈ ਜਲੰਧਰ ਦੇ ਵਿੱਚ ਬਿਤਾਇਆ। ਨੂਰਪੁਰੀ ਜੀ ਨੇ ਬਹੁਤ ਲੋਕ ਕਾਵਿ ਰਚਿਆ ਅਤੇ ਇਹਨਾਂ ਨੇ ਬਹੁਤ ਸਾਰੇ ਗੀਤ ਇਹਨਾਂ ਦੇ ਬਹੁਤ ਸਾਰੇ ਗੀਤ ਵੀ ਰਿਕਾਰਡ ਹੋਏ। ਜਿਹੜਾ ਇਹਨਾਂ ਨੇ ਮੈਂ ਵਤਨ ਦਾ ਸ਼ਹੀਦ ਗੀਤ ਸਰਦਾਰ ਭਗਤ ਸਿੰਘ ਦੀ ਸ਼ਹੀਦੀ ਬਾਰੇ ਲਿਖਿਆ, ਜੋ ਬਹੁਤ ਮਸ਼ਹੂਰ ਹੋਇਆ। ਇਹਨਾਂ ਦੇ ਪੰਜਾਬ ਬੋਲਿਆ, ਆਖਰੀ ਸੁਗਾਤ, ਸੁਗਾਤ ਅਤੇ ਨੂਰਪੁਰੀ ਦੇ ਗੀਤ ਆਦਿ ਗੀਤਾਂ ਅਤੇ ਕਵਿਤਾਵਾਂ ਦੇ ਸੰਗ੍ਰਹਿ ਪ੍ਰਕਾਸ਼ਿਤ ਹੋਏ। ਅਤੇ ਜਿਹੜੀ ਤੁਹਾਡੀ ਦਿੱਤੀ ਹੋਈ ਪੁਸਤਕ ਜਿਹੜੀ ਹੈ ਸਿਲੇਬਸ ਦੇ ਵਿੱਚ ਜਿਹੜਾ 12ਵੀਂ ਸ਼੍ਰੇਣੀ ਦੇ ਲਈ, ਇਸ ਦੇ ਵਿੱਚ ਜਿਹੜੀ ਇਹਨਾਂ ਦੀ ਕਵਿਤਾ ਜਿਹੜੀ ਹੈ ਉਹ ਵੀ ਇੱਕ ਗੀਤ ਹੈ, ਚੁੰਮ ਚੁੰਮ ਰੱਖੋ ਸ਼ਾਮਿਲ ਕੀਤੀ ਗਈ ਹੈ। ਅਤੇ ਇਸ ਕਵਿਤਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਅਤੇ ਜੁਝਾਰ ਸਿੰਘ ਦੇ ਯੁੱਧ ਉਪਰੰਤ ਵਾਪਸੀ ਦੀ ਉਡੀਕ ਬਾਰੇ ਜਿਹੜਾ ਹੈ ਮਾਤਾ ਗੁਜਰੀ ਦੇ ਜਿਹੜੇ ਮਨੋਭਾਵਾਂ ਨੂੰ ਜਿਹੜਾ ਹੈ ਬੜੇ ਜਿਹੜਾ ਹੈ ਇਹਨਾਂ ਦੇ ਭਾਵ ਜਿਹੜੇ ਨੇ ਅਤੇ ਉਹਨਾਂ ਦੇ ਮਨੋਭਾਵ ਵਲਵਲੇ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਜਿਹੜੇ ਉੱਠਦੇ ਨੇ ਉਹਨਾਂ ਨੂੰ ਬਿਆਨ ਕੀਤਾ ਗਿਆ ਹੈ। ਹਾਂ ਬੇਟਾ, ਹੁਣ ਆਪਾਂ ਜਿਹੜਾ ਤੁਹਾਡਾ ਕਵਿਤਾ ਦਾ ਪਾਠ ਹੈ ਇਸ ਦਾ ਆਰੰਭ ਕਰਦੇ ਹਾਂ। ਮਾਤਾ ਗੁਜਰੀ ਜੀ ਜਿਹੜਾ ਹੈ ਇਸ ਜਿਹੜਾ ਕਵਿਤਾ ਦੇ ਵਿੱਚ ਇਸ ਗੀਤ ਦੇ ਵਿੱਚ ਫਸਟ ਪਰਸਨ ਦੇ ਤੌਰ 'ਤੇ ਉੱਤਮ ਪੁਰਖ ਦੇ ਤੌਰ 'ਤੇ ਆਏ ਹਨ ਅਤੇ ਉਹ ਸਿੱਧੀ ਜਿਹੜੀ ਹੈ ਉਹ ਆਪਣੇ ਮਨ ਦੇ ਭਾਵਾਂ ਨੂੰ ਜਿਹੜਾ ਵਿਅਕਤ ਕਰ ਰਹੇ ਹਨ। ਕਿਸ ਤਰ੍ਹਾਂ ਵਿਅਕਤ ਕਰ ਰਹੇ ਹਨ ਸੁਣੋ। ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ। ਅਜੀਤ ਤੇ ਜੁਝਾਰ ਜਿਹੜਾ ਹੈ ਉਹ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਸਨ, ਜੋ ਕਿ ਚਮਕੌਰ ਸਾਹਿਬ ਦੇ ਯੁੱਧ ਦੇ ਵਿੱਚ ਜਿਹੜਾ ਹੈ ਉਹ ਆਪਣੇ ਹੈ ਮੁਗਲਾਂ ਦੇ ਨਾਲ ਲੋਹਾ ਲੈਂਦੇ ਹੋਏ ਅਤੇ ਆਪਣੀ ਵੀਰਤਾ ਦੇ ਜ਼ੋਰ ਦਿਖਾਉਂਦੇ ਹੋਏ ਸ਼ਹੀਦ ਹੋ ਗਏ ਸਨ। ਅਤੇ ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ, ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ। ਹਾਂ ਵੀ ਜਿਹੜੀ ਇਹਨਾਂ ਦੀ ਜਿਹੜੀ ਲੜੀ ਹੈ ਇਹਨਾਂ ਦੀ ਜਿਹੜੀ ਹੀਰਿਆਂ ਦੇ ਹਾਰ ਦੇ ਨਾਲ ਜਿਹੜਾ ਹੈ ਇਸ ਨੂੰ ਗੁੰਦੋ, ਇਸ ਦੇ ਵਿੱਚ ਹੀਰੇ ਜਿਹੜੇ ਨੇ ਉਹ ਪਰੋ ਕੇ ਰੱਖੋ। ਜੰਗ ਵਿੱਚ ਲੜ ਕੇ ਸਿਪਾਹੀ ਮੇਰੇ ਆਉਣਗੇ ਕਿ ਜੰਗ ਦੇ ਮੈਦਾਨ ਦੇ ਵਿੱਚੋਂ ਜਿਹੜਾ ਹੈ ਉਹ ਉਸ ਦੇ ਸਿਪਾਹੀ ਪੁੱਤਰ ਜਿਹੜੇ ਨੇ ਉਹ ਮੁਗਲਾਂ ਦੀ ਸੈਨਾ ਦੇ ਨਾਲ ਲੋਹਾ ਲੈ ਕੇ ਵਾਪਸ ਆਉਣਗੇ ਅਤੇ ਚੰਨ ਦਿਆਂ ਚਿਹਰਿਆਂ 'ਚੋਂ ਚੰਨ ਮੁਸਕਰਾਉਣਗੇ। ਉਹਨਾਂ ਦੇ ਚਿਹਰੇ ਜਿਹੜੇ ਨੇ ਚੰਨ ਵਰਗੇ ਨੇ ਅਤੇ ਚੰਨ ਵਰਗੇ ਚਿਹਰਿਆਂ ਦੇ ਵਿੱਚੋਂ ਚੰਦਰਮਾ ਦੀ ਮੁਸਕਰਾਹਟ ਬਾਹਰ ਆਉਣੀ ਹੈ। ਵਿਹੜੇ ਵਿੱਚ ਠਾਠਾਂ ਮਾਰੂ ਖੁਸ਼ੀ ਸੰਸਾਰ ਦੀ, ਅਤੇ ਸਾਰੀ ਦੁਨੀਆਂ ਦੀ ਜਿਹੜੀ ਖੁਸ਼ੀ ਹੈ ਉਹ ਆਪਣੇ ਜਿਹੜੇ ਵਿਹੜੇ ਦੇ ਵਿੱਚ ਜਿਹੜੀ ਹੈ ਠਾਠਾਂ ਮਾਰੂਗੀ, ਜਿਹੜਾ ਖੁਸ਼ੀ ਦੇ ਨਾਲ ਝੂਮੂਗੀ। ਹਾਂ ਬੇਟਾ, ਅੱਗੇ ਜਿਹੜਾ ਹੈ ਚੁੰਮ ਚੁੰਮ, ਇਸ ਕਰਕੇ ਜਿਹੜੀ ਉਹਨਾਂ ਦੀ ਜਿਹੜੀ ਕਲਗੀ ਜਿਹੜੀ ਹੈ ਜੁਝਾਰ ਦੀ, ਉਸ ਨੂੰ ਚੁੰਮ ਚੁੰਮ ਕੇ ਜਿਹੜਾ ਹੈ ਉਹ ਜਿਹੜਾ ਰੱਖਣਾ ਚਾਹੀਦਾ ਹੈ, ਖੁਸ਼ੀਆਂ ਜਿਹੜੀ ਹੈ ਉਹ ਉਛਾਲੇ ਮਾਰੂਗੀ। ਅੱਗੇ ਬੇਟਾ ਸੈਕੰਡ ਅਗਲਾ ਜਿਹੜਾ ਬੰਦ ਹੈਗਾ
ਕੂਲੇ ਕੂਲੇ ਹੱਥਾਂ ਵਿੱਚ ਗੋਰੀਆਂ, ਕਿ ਉਹਨਾਂ ਦੇ ਹੱਥ ਜਿਹੜੇ ਨੇ ਕੂਲੇ ਕੂਲੇ ਨੇ ਤੇ ਗੋਰੇ ਗੋਰੇ ਹਨ, ਕਿਰਪਾਨਾਂ ਵਿੱਚ ਗੋਰੀਆਂ, ਕੱਲ ਨੇ ਸਵੇਰੇ ਦੀਆਂ ਜੋੜੀਆਂ ਮੈਂ ਤੋਰੀਆਂ, ਵੀ ਕੱਲ ਸਵੇਰ ਦੇ ਮੈਂ ਅਜੀਤ ਤੇ ਜੁਝਾਰ ਨੂੰ ਜੰਗ ਦੇ ਮੈਦਾਨ ਦੇ ਵਿੱਚ ਤੋਰਿਆ ਹੋਇਆ ਹੈ, ਤੇ ਜਿਨ੍ਹਾਂ ਦਾ ਵਿਛੋੜਾ ਮੇਰੇ ਨਾਲ ਪਲ ਸੀ ਸਹਾਰ ਦੀ, ਵੀ ਜਿਹੜੀ ਮਾਤਾ ਗੁਜਰੀ ਜੀ ਕਹਿੰਦੇ ਨੇ ਵੀ ਮੈਂ ਉਹਨਾਂ ਦਾ ਵਿਛੋੜਾ ਮੈਂ ਆਪਣੀ ਅੱਖਾਂ ਤੋਂ ਓਹਲੇ ਉਹਨਾਂ ਨੂੰ ਇੱਕ ਮਿੰਟ ਵੀ ਇੱਕ ਪਲ ਦੇ ਲਈ ਵੀ ਨਹੀਂ ਕਰਦੀ ਸੀ, ਪਰੰਤੂ ਜਿਹੜੇ ਉਹ ਕੱਲ ਦੇ ਜਿਹੜੇ ਗਏ ਹੋਏ ਹਨ ਤੇ ਜਿਹੜੀ ਉਹਨਾਂ ਦੀ ਕਲਗੀ ਜਿਹੜੀ ਆ ਉਹਨਾਂ ਨੂੰ ਚੁੰਮ ਚੁੰਮ ਕੇ ਰੱਖਣਾ ਚਾਹੀਦਾ ਹੈ। ਘੋੜੀਆਂ ਦੇ ਪੌੜ ਜਦੋਂ ਕੰਨਾਂ ਵਿੱਚ ਜਿਹੜੇ ਸੋਨੇ ਵੱਜਦੇ ਵੀ ਉਹਨਾਂ ਦੇ ਜਿਹੜੀਆਂ ਜਿਹੜੀਆਂ ਘੋੜੀਆਂ ਦੀ ਉੱਥੇ ਗਏ ਹਨ ਉਹ ਉਹਨਾਂ ਦੇ ਜਿਹੜਾ ਹੈ ਟਾਪਾਂ ਦੀ ਆਵਾਜ਼, ਉਹਨਾਂ ਦੇ ਪੈਰਾਂ ਦੀ ਆਵਾਜ਼ ਜਿਹੜੀ ਜਦੋਂ ਕੰਨਾਂ ਦੇ ਵਿੱਚ ਪਏਗੀ। ਵੇਖਣ ਨੂੰ ਨੈਣ ਆਏ ਬੂਹੇ ਵੱਲ ਭੱਜਦੇ, ਤੇ ਮੇਰੇ ਜਿਹੜੀਆਂ ਨਜ਼ਰਾਂ ਜਿਹੜੀਆਂ ਨੇ ਬੂਹੇ ਵੱਲ ਹੀ ਟਿੱਕੀਆਂ ਹੋਈਆਂ ਹਨ, ਤੇ ਲਹੂ ਵਿੱਚ ਭਿੱਜੀ ਘੋੜੀ, ਆਪਣੇ ਲਹੂ ਵਿੱਚ ਭਿੱਜੀ ਘੋੜੀ ਵੇਖੋ ਭੁੱਬਾ ਮਾਰਦੀ। ਕਹਿੰਦਾ ਵੇਖੋ ਜਿਹੜੀ ਘੋੜੀ ਜਿਹੜੀ ਹੈ ਉਹ ਲਹੂ ਦੇ ਵਿੱਚ ਭਿੱਜੀ ਹੋਈ ਹੈ, ਭੁੱਬਾ ਮਾਰ ਰਹੀ ਹੈ, ਭੁੱਬਾ ਮਾਰ ਕੇ ਰੋ ਰਹੀ ਹੈ, ਤੇ ਚੁੰਮ ਚੁੰਮ ਰੱਖੋ ਜਿਹੜਾ ਹੈ ਅਜੀਤ ਤੇ ਜੁਝਾਰ ਦੀ, ਸੋਰੀ ਜਿਹੜੀ ਜੁਝਾਰ ਦੀ ਜਿਹੜੀ ਕਲਗੀ ਹੈ ਉਸ ਨੂੰ ਚੁੰਮ ਚੁੰਮ ਕੇ ਰੱਖਣਾ ਚਾਹੀਦਾ ਹੈ, ਬੜੇ ਪਿਆਰ ਤੇ ਅਦਬ ਦੇ ਨਾਲ ਰੱਖਣਾ ਚਾਹੀਦਾ ਹੈ। ਲੱਗੇ ਹੋਏ ਕਾਠੀ ਉੱਤੇ ਲਹੂ ਨੇ ਇਹ ਦੱਸਿਆ, ਕਾਠੀ ਦੇ ਉੱਤੇ ਜਿਹੜਾ ਲਹੂ ਲੱਗਿਆ ਹੋਇਆ ਹੈ ਉਹਨਾਂ ਨੇ ਦੱਸਿਆ ਹੈ ਵੀ ਉਹ ਦੱਸ ਰਿਹਾ ਹੈ ਵੀ ਮਾਏ ਤੇਰਾ ਜੋੜਾ ਦਾਦੇ ਕੋਲ ਹੈ ਜਾ ਵਸਿਆ, ਭਾਵ ਕਿ ਅਜੀਤ ਤੇ ਜੁਝਾਰ ਦਾ ਜਿਹੜਾ ਜੋੜਾ ਹੈ ਵੱਡੇ ਸਾਹਿਬਜ਼ਾਦੇ ਨੇ ਉਹ ਯੁੱਧ ਦੇ ਮੈਦਾਨ ਦੇ ਵਿੱਚ ਸ਼ਹੀਦ ਹੋ ਗਏ ਹਨ, ਦਾਦੇ ਕੋਲ ਚਲੇ ਗਏ ਹਨ, ਭਾਵ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜਿਹੜਾ ਹੈ ਕਸ਼ਮੀਰੀ ਪੰਡਤਾਂ ਦੀ ਫਰਿਆਦ ਦੇ ਉੱਤੇ ਧਰਮ ਦੇ ਵਿੱਚ ਪੱਕਾ ਰਹਿਣ ਕਰਕੇ ਜਿਹੜਾ ਹੈ ਮੁਗਲਾਂ ਨੇ ਦਿੱਲੀ ਦੇ ਜਿਹੜਾ ਚਾਂਦਨੀ ਚੌਂਕ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਤੇ ਇਸ ਕਰਕੇ ਜਿਹੜੇ ਉਸਦੇ ਜਿਹੜੇ ਪੋਤਰੇ ਨੇ ਵੱਡੇ ਉਹ ਵੀ ਜਿਹੜਾ ਆਪਣੇ ਦਾਦੇ ਭਾਵ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਕੋਲ ਚਲੇ ਗਏ ਹਨ। ਛੱਡਦੇ ਉਡੀਕ ਹੁਣ ਹੰਸਾਂ ਦੀ ਡਾਰ ਦੀ, ਮਾਤਾ ਗੁਜਰੀ ਕਹਿੰਦੀ ਜਿਹੜੀ ਉਹਨਾਂ ਦੀ ਹੰਸਾਂ ਦੀ ਡਾਰ ਹੈ ਵੱਡੇ ਸਾਹਿਬਜ਼ਾਦੇ ਨੇ ਉਹਨਾਂ ਦੀ ਹੁਣ ਉਸਨੂੰ ਉਡੀਕ ਛੱਡ ਦੇਣੀ ਚਾਹੀਦੀ ਹੈ, ਤੇ ਉਹਨਾਂ ਦੀ ਜਿਹੜੀ ਕਲਗੀ ਜਿਹੜੀ ਹੈ ਜੁਝਾਰ ਦੀ ਜਿਹੜੀ ਹੈ ਉਹ ਚੁੰਮ ਚੁੰਮ ਕੇ ਰੱਖਣੀ ਚਾਹੀਦੀ ਹੈ। ਹੁਣ ਬੇਟਾ ਮੈਂ ਆਪਾਂ ਤੁਹਾਡੇ ਜਿਹੜੇ ਪਿੱਛੇ ਤੁਹਾਡੇ ਜਿਹੜੇ ਪ੍ਰਸ਼ਨ ਦਿੱਤੇ ਗਏ ਨੇ ਇਹਨਾਂ ਦਾ ਜਿਹੜਾ ਹੈ ਆਪਾਂ ਅਧਿਐਨ ਜਿਹੜਾ ਹੈ ਇਹਨਾਂ ਦੇ ਉੱਤੇ ਚਰਚਾ ਕਰਾਂਗੇ ਵੀ ਪ੍ਰਸ਼ਨਾਂ ਦੇ ਵਿੱਚ ਜਿਹੜਾ ਹੈ ਕੀ ਮਤਲਬ ਜਿਹੜਾ ਹੈ ਉਹ ਜਿਹੜਾ ਹੈ ਵੀ ਕਿਹਾ ਗਿਆ ਹੈ, ਤੇ ਲਓ ਆਪਾਂ ਇਹਨਾਂ ਦੀ ਜਿਹੜੀ ਹੈ ਚਰਚਾ ਕਰਦੇ ਹਾਂ। ਹਾਂ ਬੇਟਾ ਤੁਹਾਡਾ ਜਿਹੜਾ ਪਹਿਲਾ ਪ੍ਰਸ਼ਨ ਆ ਰਿਹਾ ਹੈ ਊੜਾ ਭਾਗ, ਚੁੰਮ ਚੁੰਮ ਰੱਖੋ ਕਵਿਤਾ ਕਿਸ ਕਵੀ ਨੇ ਲਿਖੀ ਹੈ? ਚੁੰਮ ਚੁੰਮ ਰੱਖੋ ਕਵਿਤਾ ਜਿਹੜੀ ਹੈ ਉਹ ਆਪਣੇ ਨੰਦ ਲਾਲ ਨੂਰਪੁਰੀ ਜੀ ਦੁਆਰਾ ਲਿਖੀ ਗਈ ਹੈ। ਆੜਾ ਭਾਗ ਇਸਦਾ ਪੁਸਤਕ ਵਿੱਚ ਸ਼ਾਮਲ ਨੰਦ ਲਾਲ ਨੂਰਪੁਰੀ ਦੀ ਕਵਿਤਾ ਦਾ ਸੰਖੇਪ ਸਿਰਲੇਖ ਲਿਖੋ। ਇਸਦਾ ਸਿਰਲੇਖ ਬੇਟਾ ਹੈ ਚੁੰਮ ਚੁੰਮ ਰੱਖੋ, ਇਸ ਕਵਿਤਾ ਦਾ ਸਿਰਲੇਖ ਹੈ ਚੁੰਮ ਚੁੰਮ ਰੱਖੋ। ਈੜੀ ਭਾਗ ਹੈ ਚੁੰਮ ਚੁੰਮ ਰੱਖੋ ਕਵਿਤਾ ਵਿੱਚ ਦਸਮ ਪਾਤਸ਼ਾਹ ਦੇ ਕਿਹੜੇ ਸਾਹਿਬਜ਼ਾਦੇ ਦੀ ਕਲਗੀ ਨੂੰ ਚੁੰਮ ਚੁੰਮ ਕੇ ਰੱਖਣ ਦਾ ਜ਼ਿਕਰ ਕੀਤਾ ਗਿਆ ਹੈ? ਇਸ ਦੇ ਵਿੱਚ ਬੇਟਾ ਜਿਹੜੇ ਨੇ ਉਹ ਗੁਰੂ ਤੇਗ ਬਹਾਦਰ ਜੀ ਦੇ ਵੱਡੇ ਸਾਹਿਬਜ਼ਾਦੇ ਅਜੀਤ ਅਤੇ ਜੁਝਾਰ ਜੀ ਹੋਏ ਹਨ। ਇਸ ਦੇ ਵਿੱਚ ਜੁਝਾਰ ਦੀ ਕਲਗੀ ਨੂੰ ਜਿਹੜਾ ਹੈ ਉਹ ਚੁੰਮ ਚੁੰਮ ਕੇ ਰੱਖਣ ਦੇ ਲਈ ਜਿਹੜਾ ਹੈ ਉਹ ਇਸਦਾ ਜ਼ਿਕਰ ਆਇਆ ਹੈ। ਅੱਗੇ ਬੇਟਾ ਹੈ ਸੱਸਾ ਭਾਗ, ਜੰਗ ਵਿੱਚ ਲੜ ਕੇ ਸਿਪਾਹੀ ਮੇਰੇ ਆਉਣਗੇ, ਇਸ ਤੁਕ ਵਿੱਚ ਕਵੀ ਜੰਗ ਵਿੱਚੋਂ ਕਿਸ ਦੇ ਆਉਣ ਬਾਰੇ ਕਹਿੰਦਾ ਹੈ? ਇਸ ਦੇ ਵਿੱਚ ਬੇਟਾ ਜਿਹੜਾ ਹੈ ਕਵੀ ਜਿਹੜਾ ਹੈ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਦੇ ਵੱਡੇ ਜਿਹੜੇ ਪੋਤਰੇ ਨੇ ਅਜੀਤ ਅਤੇ ਜੁਝਾਰ ਦੇ ਜਿਹੜਾ ਹੈ ਮੁੜ ਕੇ ਆਉਣ ਦੇ ਬਾਰੇ ਜਿਹੜਾ ਹੈ ਉਹ ਕਹਿੰਦਾ ਹੈ, ਜਿਹੜੇ ਕਿ ਚਮਕੌਰ ਸਾਹਿਬ ਦੇ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣਾਂ ਦੇ ਨਾਲ ਮੁਗਲਾਂ ਦੇ ਨਾਲ ਲੋਹਾ ਲੈਣ ਗਏ ਹੋਏ ਹਨ, ਉਹਨਾਂ ਨਾਲ ਜੰਗ ਲੜਨ ਗਏ ਹੋਏ ਹਨ। ਕੂਲੇ ਕੂਲੇ ਹੱਥਾਂ ਵਿੱਚ ਕਿਹੋ ਜਿਹੀਆਂ ਕਿਰਪਾਨਾਂ ਫੜੀਆਂ ਹੋਈਆਂ ਹਨ? ਇਹਦੇ ਵਿੱਚ ਬੇਟਾ ਦੋ ਆਪਸ਼ਨਾਂ ਦਿੱਤੀਆਂ ਨੇ, ਗੋਰੀਆਂ ਤਿੱਖੀਆਂ, ਇਹਦੇ ਵਿੱਚ ਬੇਟਾ ਗੋਰੀਆਂ ਕਿਰਪਾਨਾਂ ਫੜੀਆਂ ਹੋਈਆਂ ਹਨ। ਕੱਕਾ ਭਾਗ, ਲਹੂ ਵਿੱਚ ਭਿੱਜੀ ਘੋੜੀ ਭੁੱਬਾਂ ਮਾਰ ਰਹੀ ਸੀ, ਇਹ ਕਥਨ ਜਿਹੜਾ ਹੈ ਉਹ ਹਾਂ ਹੈ ਜਾਂ ਨਾ ਹੈ? ਇਹ ਪੁੱਤਰ ਬੇਟਾ ਜਿਹੜਾ ਹੈ ਹਾਂ ਹੈ। ਘੋੜੀਆਂ ਦੇ ਪੋੜ ਜਦੋਂ ਕੰਨਾਂ ਵਿੱਚ ਸੁਣੇ, ਹਾਂ ਬੇਟਾ ਇਹਦੇ ਵਿੱਚ ਜਿਹੜਾ ਹੈ ਕੰਨਾਂ ਵਿੱਚ ਸੁਣੇ ਵੱਜਦੇ, ਇੱਥੇ ਵੱਜਦੇ ਸ਼ਬਦ ਆਏਗਾ ਖਾਲੀ ਥਾਂ ਦੇ ਵਿੱਚ। ਵੇਖਣ ਨੂੰ ਨੈਣ ਆਏ ਬੂਹੇ ਵੱਲ ਭੱਜਦੇ, ਇੱਥੇ ਬੇਟਾ ਖਾਲੀ ਥਾਂ ਦੇ ਵਿੱਚ ਭੱਜਦੇ ਆਏਗਾ। ਇਹਦੇ ਵਿੱਚ ਆਪਾਂ ਨੰਦ ਲਾਲ ਨੂਰਪੁਰੀ ਦੀ ਕਵਿਤਾ ਜਿਹੜੀ ਸੀ ਚੁੰਮ ਚੁੰਮ ਰੱਖੋ, ਇਹ 17 ਆਪਾਂ ਪੂਰੀਆਂ ਕਰਨੀਆਂ ਸਨ ਜੋ ਆਪਾਂ ਪੂਰੀਆਂ ਕਰ ਦਿੱਤੀਆਂ ਹਨ। ਬੇਟਾ ਗੱਗਾ ਭਾਗ ਇਹਦਾ, ਚੁੰਮ ਚੁੰਮ ਰੱਖੋ ਕਵਿਤਾ ਵਿੱਚ ਮਾਏ ਤੇਰਾ ਜੋੜਾ ਦਾਦੇ ਕੋਲ ਹੈ ਜਾ ਵਸਿਆ,
ਤੁਕ ਅਨੁਸਾਰ ਜੋੜਾ ਕਿਸ ਦੇ ਕੋਲ ਜਾ ਵਸਿਆ ਹੈ, ਇਹਦੇ ਵਿੱਚ ਬੇਟਾ ਦਾਦੇ ਦੇ ਕੋਲ ਜਾ ਵਸਿਆ ਹੈ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਹੜੇ ਨੇ ਸਾਡੇ ਆਪਣੇ ਨੌਵੇਂ ਗੁਰੂ ਜਿਹੜੇ ਨੇ ਉਹ ਜਿਹੜੇ ਨੇ ਆਪਣੇ ਜਿਹੜਾ ਉਹਨਾਂ ਦੇ ਦਾਦਾ ਜੀ ਹਨ ਅਤੇ ਉਹ ਦਾਦਾ ਜੀ ਦੇ ਕੋਲ ਚਲੇ ਗਏ ਹਨ, ਭਾਵ ਸ਼ਹੀਦ ਹੋ ਗਏ ਹਨ। ਚੁੰਮ ਚੁੰਮ ਰੱਖੋ ਕਵਿਤਾ ਦਾ ਕੇਂਦਰੀ ਭਾਵ ਕੀ ਹੈ? ਬੇਟਾ ਚੁੰਮ ਚੁੰਮ ਰੱਖੋ ਕਵਿਤਾ ਦਾ ਕੇਂਦਰੀ ਭਾਵ ਮਤਲਬ ਇਹ ਹੈ ਵੀ ਮਾਤਾ ਗੁਜਰੀ ਜੀ ਨੇ ਜਿਹੜਾ ਹੈ ਵੱਡੇ ਸਾਹਿਬਜ਼ਾਦੇ ਜਿਹੜੇ ਨੇ ਉਹ ਜੰਗ ਦੇ ਮੈਦਾਨ ਵਿੱਚ ਜਿਹੜਾ ਹੈ ਉਹਨਾਂ ਨੂੰ ਕੱਲ੍ਹ ਦਾ ਤੋਰਿਆ ਹੋਇਆ ਹੈ, ਇੱਕ ਦਿਨ ਪਹਿਲਾਂ ਦਾ ਤੋਰਿਆ ਹੋਇਆ ਹੈ ਅਤੇ ਉਹ ਜਿਹੜਾ ਹੈ ਉਹਨਾਂ ਦੀ ਜਿਹੜੀ ਜੁਝਾਰ ਦੀ ਕਲਗੀ ਨੂੰ ਚੁੰਮ ਚੁੰਮ ਕੇ ਰੱਖਣ ਲਈ ਕਹਿੰਦੀ ਹੈ ਅਤੇ ਉਹ ਮਾਤਾ ਗੁਜਰੀ ਜਿਹੜੀ ਹੈ ਆਪਣੇ ਪੋਤਰਿਆਂ ਦੇ ਬਗੈਰ ਅਜੀਤ ਅਤੇ ਜੁਝਾਰ ਦੇ ਬਗੈਰ ਇੱਕ ਪਲ ਦਾ ਉਹਨਾਂ ਦਾ ਵਿਛੋੜਾ ਨਹੀਂ ਸਹਾਰਦੀ ਸੀ, ਪਰੰਤੂ ਉਹ ਕੱਲ੍ਹ ਦੇ ਗਏ ਹੋਏ ਹਨ ਅਤੇ ਜਿੱਤ ਪ੍ਰਾਪਤ ਕਰਕੇ ਯੁੱਧ ਦੇ ਮੈਦਾਨ ਵਿੱਚੋਂ ਆਉਣਗੇ। ਪਰ ਜਦੋਂ ਜਿਹੜੀ ਘੋੜੀ ਖਾਲੀ ਆ ਜਾਂਦੀ ਹੈ ਅਤੇ ਲਹੂ ਦੇ ਨਾਲ ਜਿਹੜਾ ਹੈ ਉਹ ਲਿਬੜੀ ਹੋਈ ਹੁੰਦੀ ਹੈ ਤਾਂ ਮਾਤਾ ਗੁਜਰੀ ਨੂੰ ਪਤਾ ਲੱਗ ਜਾਂਦਾ ਹੈ ਕਿ ਉਸਦੇ ਜਿਹੜੇ ਵੱਡੇ ਪੋਤਰੇ ਨੇ ਅਜੀਤ ਅਤੇ ਜੁਝਾਰ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋ ਗਏ ਹਨ ਅਤੇ ਉਹ ਹੁਣ ਦਾਦੇ ਦੇ ਕੋਲ ਚਲੇ ਗਏ ਹਨ। ਅਤੇ ਇਸ ਪ੍ਰਕਾਰ ਬੇਟਾ ਮਾਤਾ ਗੁਜਰੀ ਦੇ ਜਿਹੜੇ ਨੇ ਉਹ ਮਨੋਭਾਵ ਅਤੇ ਉਸਦੇ ਮਨ ਵਿੱਚ ਉੱਠਦੇ ਵਲਵਲੇ ਜਿਹੜੇ ਨੇ ਉਹਨਾਂ ਦਾ ਜਿਹੜਾ ਬਿਆਨ ਕੀਤਾ ਗਿਆ ਹੈ। ਇੱਥੇ ਬੇਟਾ ਤੁਹਾਡੀ ਕਵਿਤਾ ਜਿਹੜੀ ਹੈ ਉਹ ਖਤਮ ਹੁੰਦੀ ਹੈ ਅਤੇ ਬੇਟਾ ਜਿਹੜੀ ਆ ਤੁਸੀਂ ਜਿਹੜਾ ਹੈ ਉਹ ਕਰੋਨਾ ਪੈਂਡਮਿਕ ਤੋਂ ਬਚਣ ਦੇ ਲਈ ਘਰ ਦੇ ਵਿੱਚ ਰਹਿ ਕੇ ਸਟੱਡੀ ਕਰੋ। ਥੈਂਕ ਯੂ ਵੈਰੀ ਮੱਚ, ਓਕੇ।